ਸਾਧ ਸੰਗਤ ਜੀ, ਕਹਿਣ ਨੂੰ ਅਸੀਂ ਕਹਿੰਦੇ ਹਾਂ ਕਿ ਵੰਡ ਕੇ ਛਕੋ। ਗੁਰੂ ਨਾਨਕ ਦੇਵ ਜੀ ਨੇ ਦੱਸਿਆ ਵੰਡ ਕੇ ਛਕੋ। ਸਾਧ ਸੰਗਤ ਜੀ, ਥਾਂ ਥਾਂ ਤੇ ਜਾ ਕੇ ਲੰਗਰ ਲਾ ਲੈਣਾ ਇਜ਼ ਨਾਟ ਵੰਡ ਕੇ ਛਕਣਾ। ਸਾਧ ਸੰਗਤ ਜੀ, ਸਭ ਤੋਂ ਵੱਧ ਲੰਗਰ ਦੀ ਬੇਅਦਬੀ ਨਗਰ ਕੀਰਤਨਾਂ ਦੇ ਵਿੱਚ ਵੇਖੀ ਜਾਂਦੀ ਹੈ। ਤੁਹਾਡੇ ਇੱਥੇ ਦਾ ਨਹੀਂ ਕਹਿ ਸਕਦੇ, ਪਰ ਆਪਣੇ ਇੰਡੀਆ 'ਚ ਹਰ ਦੋ ਦੋ ਮਿੰਟ ਦੀ ਦੂਰੀ 'ਤੇ ਨਗਰ ਕੀਰਤਨ ਦੇ ਵਿੱਚ ਲੰਗਰਾਂ ਦੇ ਸਟਾਲ ਲੱਗੇ ਹੁੰਦੇ ਨੇ। ਇੰਨੀ ਅੱਤ ਦੀ ਬੇਅਦਬੀ, ਵੇਸਟੇਜ ਆਫ ਫੂਡ ਉੱਥੇ ਹੁੰਦੀ ਹੈ ਕਿ ਇਹ ਵੰਡ ਕੇ ਛਕਣ ਦੀ ਸਾਨੂੰ ਸਿੱਖਿਆ ਦਿੱਤੀ। ਸਾਧ ਸੰਗਤ ਜੀ, ਨਗਰ ਕੀਰਤਨ ਦੇ ਵਿੱਚ ਲੰਗਰਾਂ ਦੇ ਵਿੱਚ ਜਿਹੜੀ ਲਾਈਨ ਲੱਗਦੀ ਹੈ, ਉਸ ਲਾਈਨ ਦੇ ਵਿੱਚ ਜਦੋਂ ਕੋਈ ਗਰੀਬ ਆ ਕੇ ਖੜਾ ਹੋ ਜਾਂਦਾ ਹੈ ਤਾਂ ਉੱਥੇ ਦੇ ਆਰਗਨਾਈਜ਼ਰ ਸੀ, ਹਟ ਹਟ ਪਰੇ ਹੋ ਇੱਥੋਂ, ਭੱਜ ਜਾ ਇੱਥੋਂ, ਦੂਜਿਆਂ ਨੂੰ ਲੰਗਰ ਲੈਣ ਦੇ, ਤੁਹਾਡਾ ਤੇ ਰੋਜ਼ ਦਾ ਕੰਮ ਹੈ ਮੰਗਣਾ। ਕਿ ਆਹ ਸਾਨੂੰ ਵੰਡ ਕੇ ਛਕਣਾ ਸਿਖਾਇਆ। ਜੇ ਅਸੀਂ ਕਿਸੇ ਗਰੀਬ ਦਾ ਪੇਟ ਨਾ ਭਰ ਸਕੇ ਤੇ ਕੀ ਫਾਇਦਾ ਸਾਡਾ ਸ਼ਾਹੀ ਪਨੀਰ, ਦਾਲ ਮੱਖਣੀ, ਮਿਕਸ ਵੈਜ ਨਾਲੇ ਖੀਰ ਵੀ ਲਗਾ ਲਓ, ਕੀ ਫਾਇਦਾ ਇਹਨਾਂ ਲੰਗਰਾਂ ਦਾ? ਜਦ ਅਸੀਂ ਇੱਕ ਗਰੀਬ ਦਾ ਪੇਟ ਨਾ ਭਰ ਸਕੇ ਤਾਂ ਲਾਨਤ ਹੈ ਸਾਡੀ ਸਿੱਖ ਕੌਮ ਤੇ। ਸਾਧ ਸੰਗਤ ਜੀ, ਅਸੀਂ ਸਿਰਫ ਗੁਰਦੁਆਰਿਆਂ ਦੀ ਪੋਲੀਟਿਕਸ ਦੇ ਵਿੱਚ ਹੀ ਫਸੇ ਰਹਿ ਗਏ। ਅਸੀਂ ਕਦੀ ਗੁਰੂ ਨਾਨਕ ਦੀ ਸਿੱਖਿਆ ਨੂੰ ਸਮਝ ਹੀ ਨਹੀਂ ਪਾਏ। ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ 20 ਰੁਪਏ ਰੱਖ ਕੇ ਵਪਾਰ ਕਰਨ ਨੂੰ ਭੇਜਿਆ ਸੀ। ਗੁਰੂ ਨਾਨਕ ਦੇਵ ਜੀ ਨੇ ਉਹ 20 ਦੇ 20 ਰੁਪਏ ਹੀ ਸਾਧੂਆਂ ਸੰਤਾਂ ਨੂੰ ਭੋਜਨ ਛਕਾਉਣ ਦੇ ਵਿੱਚ ਲਗਾ ਦਿੱਤੇ। ਉਹਨਾਂ ਨੇ ਉਸ ਵੇਲੇ ਐ ਨਹੀਂ ਵੇਖਿਆ ਕਿ ਕਿਹੜਾ ਸ਼ੈਡਿਊਲ ਕਾਸਟ ਹੈ, ਕਿਹੜਾ ਸ਼ੈਡਿਊਲ ਟ੍ਰਾਈਬ ਹੈ, ਕਿਹੜਾ ਅਦਰ ਬੈਕਵਰਡ ਕਾਸਟ ਹੈ। ਜਦੋਂ ਗੁਰੂ ਨਾਨਕ ਨੇ ਕਦੀ ਸਾਡੇ 'ਚ ਵਿਤਕਰਾ ਨਹੀਂ ਕੀਤਾ ਤੇ ਫਿਰ ਅਸੀਂ ਇਨਸਾਨ ਕੌਣ ਹੁੰਦੇ ਹਾਂ? ਗੁਰੂ ਰੂਪਸਾਧ ਸੰਗਤ ਜੀ, ਅਸੀਂ ਸਿਰਫ ਗੁਰਦੁਆਰਿਆਂ ਨੂੰ ਸੋਨੇ ਬਣਾਉਣ 'ਚ ਹੀ ਲੱਗੇ ਰਹਿ ਗਏ। 1 ਲੱਖ ਦਾ ਝੂਮਰ ਲਾ ਦਿਉ, ਐਡਾ ਵੱਡਾ ਤਾਬਾ ਬਣਾ ਦਿਉ, ਸੋਨੇ ਦੀਆਂ ਪਾਲਕੀਆਂ ਸਜਾ ਦਿਉ, ਕੀ ਫਾਇਦਾ ਇਹਨਾਂ ਦਾ? ਜੇ ਅਸੀਂ ਗਰੀਬਾਂ ਦਾ ਪੇਟ ਨਾ ਭਰ ਸਕੇ ਇਹਨਾਂ ਲੰਗਰਾਂ ਦਾ ਕੋਈ ਫਾਇਦਾ ਨਹੀਂ। ਜੇ ਲੰਗਰ ਲਾਉਣਾ ਹੀ ਹੈ ਤਾਂ ਐਜੂਕੇਸ਼ਨ ਦਾ ਲੰਗਰ ਲਾਈਏ। ਜੇਕਰ ਤੁਹਾਡੇ ਕੋਲ ਕੋਈ ਗਰੀਬ ਬੱਚਾ ਭੀਖ ਮੰਗਣ ਆਉਂਦਾ ਹੈ, ਉਹਦੇ ਹੱਥ 'ਚ ਪੈਸੇ ਦੇਣ ਦੀ ਬਜਾਏ ਉਹਨੂੰ ਜੋ ਖਾਣ ਨੂੰ ਚਾਹੀਦਾ ਹੈ ਉਹਨੂੰ ਪੁੱਛੋ, ਤੇਰੀ ਕੀ ਨੀਡ ਹੈ? ਔਰ ਸਭ ਤੋਂ ਵੱਧ ਲੋੜ ਗਰੀਬ ਬੱਚਿਆਂ ਨੂੰ ਹੈ ਐਜੂਕੇਸ਼ਨ ਦੀ। ਸੱਚ ਜਾਣਿਆ ਜੇ, ਜਿੰਨੇ ਵੀ ਤੁਸੀਂ ਬੈਠੇ ਹੋ, ਅਮੀਰ ਪਰਿਵਾਰਾਂ ਦੇ ਘਰਾਂ 'ਚੋਂ ਵੀ ਬਥੇਰੇ ਬੈਠੇ ਨੇ, ਸਭ ਤੋਂ ਵੱਧ ਨਲਾਇਕ ਬੱਚੇ ਅਮੀਰ ਪਰਿਵਾਰਾਂ ਦੇ ਬੱਚੇ ਹੀ ਨਿਕਲਦੇ ਨੇ। ਕਿਉਂ? ਕਿਉਂਕਿ ਉਹਨਾਂ ਨੂੰ ਬੈਠੇ ਬਿਠਾਏ ਸਭ ਕੁਛ ਮਿਲ ਜਾਂਦਾ ਹੈ, ਤਾਂ ਹੀ ਉਹਨਾਂ ਤੋਂ ਪੜ੍ਹਾਈਆਂ ਲਿਖਾਈਆਂ ਨਹੀਂ ਹੁੰਦੀਆਂ। ਤੇ ਜਿਹੜੇ ਗਰੀਬ ਬੱਚਿਆਂ ਕੋਲ ਪੈਰਾਂ 'ਚ ਪਾਉਣ ਵਾਸਤੇ ਚੱਪਲਾਂ ਤੱਕ ਨਹੀਂ ਹੁੰਦੀਆਂ, ਉਹਨਾਂ ਨੂੰ ਪੁੱਛੋ ਐਜੂਕੇਸ਼ਨ ਦੀ ਵੈਲਿਊ। ਜੇ ਲੰਗਰ ਲਾਉਣਾ ਹੀ ਹੈ ਤਾਂ ਗਰੀਬਾਂ ਵਾਸਤੇ ਲਾਓ। ਸਾਧ ਸੰਗਤ ਜੀ, ਐਲਿਜ਼ਾਬੈਥ ਜਦੋਂ ਇੰਡੀਆ ਆਈ ਉਹਨੇ ਸਾਨੂੰ ਇੰਨੀ ਸ਼ੌਕਿੰਗ ਗੱਲ ਦੱਸੀ, ਕਹਿੰਦੀ ਤੁਹਾਡੇ ਇੰਡੀਆ ਦੇ ਵਿੱਚ ਮੋਰ ਦੈਨ 30 ਮਿਲੀਅਨ ਬੱਚੇ ਨੇ
ਜਿਨ੍ਹਾਂ ਦੇ ਕੋਲ ਰਹਿਣ ਵਾਸਤੇ ਘਰ ਨਹੀਂ, ਜਿਹੜੇ ਰੋਡ ਸਾਈਡ ਰਹਿੰਦੇ ਨੇ, 30 million। ਸਾਧ ਸੰਗਤ ਜੀ, ਜੇ ਅਸੀਂ ਪ੍ਰਣ ਲੈ ਲਈਏ ਤੁਹਾਡੇ ਇੱਥੇ ਵੀ, ਮਲੇਸ਼ੀਆ ਦੀ ਪੂਰੀ ਪਾਪੂਲੇਸ਼ਨ ਇੰਨੀ ਨਹੀਂ ਹੈ ਜਿੰਨੀ ਇੰਡੀਆ 'ਚ ਗਰੀਬ ਬੱਚੇ ਸੜਕਾਂ 'ਤੇ ਰੁਲਦੇ ਪਏ ਨੇ, ਜਿਨ੍ਹਾਂ ਦੇ ਕੋਲ ਮਾਪਿਆਂ ਦਾ ਸਹਾਰਾ ਨਹੀਂ ਹੈ। ਜੇ ਲੰਗਰ ਸੱਚ ਵਿੱਚ ਲਾਉਣਾ ਹੈ, ਜੇ ਗੁਰੂ ਨਾਨਕ ਦੀ ਮਰਿਆਦਾ ਨੂੰ ਸਾਂਭ ਕੇ ਰੱਖਣਾ ਹੈ, ਜੇ ਵੰਡ ਕੇ ਛਕਣਾ ਹੈ, ਤਾਂ ਵੰਡ ਕੇ ਛਕਣ ਦਾ ਮਤਲਬ ਹੈ ਕਿ ਉਹਨਾਂ ਗਰੀਬ ਬੱਚਿਆਂ ਨੂੰ ਸੰਭਾਲੀਏ ਜਿੰਨਾ ਹੋ ਸਕੇ। ਜੇ ਅਸੀਂ, ਸਾਨੂੰ ਆਪਣੀ ਇੰਡੀਆ ਦੀ ਪਾਪੂਲੇਸ਼ਨ ਵਧਾਉਣ ਨਾਲ ਕੋਈ ਫਾਇਦਾ ਨਹੀਂ ਹੈ। ਜੇ ਇੱਕ ਇੱਕ ਪਰਿਵਾਰ ਇੱਕ ਇੱਕ ਬੱਚੇ ਨੂੰ ਵੀ ਫੜ ਲਵੇ, ਉਹਦੀ ਸਕੂਲ ਦੀ ਪੜ੍ਹਾਈ ਦਾ ਜ਼ਿੰਮਾ ਲੈ ਲਵੇ, ਉਹਦੇ ਅੰਨ ਪਾਣੀ ਦਾ ਜ਼ਿੰਮਾ ਲੈ ਲਵੇ, ਤਾਂ ਉਹ ਬੱਚਾ ਤੁਹਾਨੂੰ ਕਿੰਨੀਆਂ ਦੁਆਵਾਂ ਦੇਵੇਗਾ। ਸਾਧ ਸੰਗਤ ਜੀ, ਮਾਫ ਕਰਨਾ, ਅਸੀਂ ਲੋਕ ਸਿਰਫ ਗੁਰਦੁਆਰਿਆਂ ਦੇ ਨਿਸ਼ਾਨ ਸਾਹਿਬ ਦੇ ਰੰਗਾਂ ਨੂੰ ਹੀ ਬਦਲਣ 'ਚ ਲੱਗ ਗਏ। ਨਿਸ਼ਾਨ ਸਾਹਿਬ ਦਾ ਰੰਗ ਪੀਲਾ ਹੈ, ਨੀਲਾ ਕਰ ਦਿਓ, ਨੀਲਾ ਹੈ ਔਰੇਂਜ ਕਰ ਦਿਓ, ਔਰੇਂਜ ਹੈ ਚਿੱਟਾ ਕਰ ਦਿਓ, ਕਿ ਆਹ ਸਾਡੀ ਸਿੱਖੀ ਰਹਿ ਗਈ। ਸਾਡਾ ਯੂਥ ਰੁਲਦਾ ਪਿਆ ਤੇ ਅਸੀਂ ਨਿਸ਼ਾਨ ਸਾਹਿਬ ਦੇ ਰੰਗਾਂ 'ਚ ਹੀ ਫਸੇ ਰਹਿ ਗਏ। ਸਾਧ ਸੰਗਤ ਜੀ, ਮਾਫ਼ ਕਰਨਾ, ਅਸੀਂ ਤਾਂ ਵੈਸੇ ਰਾਗੀਆਂ 'ਚ ਨਹੀਂ ਗਿਣੇ ਜਾਂਦੇ, ਕਿਉਂਕਿ ਦੁਨੀਆਂ ਦਾ ਸੋਚਣਾ ਹੈ ਫੀਮੇਲ ਨੈਵਰ ਕੈਨ ਬੀ ਅ ਰਾਗੀ। ਫੀਮੇਲ ਤਾਂ ਰਾਗੀ ਹੋ ਹੀ ਨਹੀਂ ਸਕਦੀ, ਤੇ ਜਦੋਂ ਆਪਾਂ ਰਾਗੀ ਹੈਗੇ ਹੀ ਨਹੀਂ, ਅਸੀਂ ਖੁਦ ਮੰਨਦੇ ਹਾਂ ਅਸੀਂ ਰਾਗੀ ਨਹੀਂ ਹਾਂ, ਤੇ ਫਿਰ ਸੱਚ ਦੀ ਗੱਲ ਕਰਨ 'ਚ ਕੋਈ ਡਰ ਨਹੀਂ। ਕਿਉਂ? ਦੁਨੀਆਂ ਤੋਂ ਸਾਨੂੰ ਕ੍ਰਿਟੀਸਿਜ਼ਮ ਮਿਲ ਜਾਵੇ। ਜੇ ਇਸ ਵੀਡੀਓ ਨੂੰ ਜਿਹੜੇ ਅੱਜ ਸੁਣ ਰਹੇ ਨੇ, ਬਥੇਰੇ ਆਣਗੇ ਬੋਲਣ ਵਾਲੇ, ਪਰ ਅਸੀਂ ਦੁਨੀਆਂ ਨੂੰ ਮੂੰਹ ਨਹੀਂ ਦਿਖਾਉਣਾ। ਜੇ ਉਸ ਗੁਰੂ ਨਾਨਕ ਦੀ ਨਜ਼ਰਾਂ ਦੇ ਵਿੱਚ ਅੱਜ ਅਸੀਂ ਉਹਦੇ ਦਰ 'ਤੇ ਬਹਿ ਕੇ ਇੱਕ ਇੱਕ ਗੱਲ ਜੋ ਕਰ ਰਹੇ ਹਾਂ, ਉਹ ਗੁਰੂ ਨਾਨਕ ਆਪ ਬੁਲਵਾ ਰਹੇ ਨੇ। ਸਾਧ ਸੰਗਤ ਜੀ, ਮਾਫ਼ ਕਰਨਾ, ਜਿਹੜੀ ਇਹ ਪਰੰਪਰਾ ਚੱਲਦੀ ਆ ਰਹੀ ਹੈ, ਸੋਨੇ ਦੀਆਂ ਪਾਲਕੀਆਂ ਬਣਾ ਲਈਆਂ, ਸੋਨੇ 'ਤੇ ਸੰਗਮਰਮਰ ਲਵਾ ਲਏ, ਕੀ ਫਾਇਦਾ ਇਹਨਾਂ ਦਾ ਜਦ ਸਾਡਾ ਯੂਥ, ਸਾਡੇ ਬੱਚੇ ਰੁਲ ਗਏ। ਕੀ ਫਾਇਦਾ ਤਾਬਿਆਂ ਨੂੰ ਦੁੱਧ ਦੀਆਂ ਬਾਲਟੀਆਂ ਨਾਲ ਰਗੜ ਰਗੜ ਕੇ, ਚਮਕਾ ਚਮਕਾ ਕੇ ਸਾਫ ਕਰਨਾ, ਦੁੱਧ ਤੇ ਲੱਸੀਆਂ ਨਾਲ ਉਹਨੂੰ ਚਮਕਾਉਣਾ। ਜੇ ਉਹੀ ਦੁੱਧ ਕਿਸੇ ਗਰੀਬ ਬੱਚੇ ਨੂੰ ਪਿਲਾ ਦਿਓ, ਉਹ ਬੱਚਾ ਤੁਹਾਨੂੰ ਸਾਰੀ ਉਮਰ ਦੁਆਵਾਂ ਦੇਵੇਗਾ। ਸਾਧ ਸੰਗਤ ਜੀ, ਕਿੱਥੇ ਅਸੀਂ ਇਹ ਪਾਖੰਡ 'ਚ ਫਸੇ ਰਹਿ ਗਏ? ਗੁਰੂ ਨਾਨਕ ਨੇ ਤੇ ਸਾਰੀ ਉਮਰ ਹੀ ਸਾਨੂੰ ਇਹ ਅਨਟਚੇਬਿਲਟੀ, ਇਹ ਸਾਰਾ, ਇਹ ਸਾਰੀਆਂ ਚੀਜ਼ਾਂ ਤੋਂ ਸਾਨੂੰ ਵਰਜਿਆ, ਤੇ ਅੱਜ ਅਸੀਂ ਉਹਨਾਂ ਪਾਲਕੀਆਂ ਨੂੰ, ਉਹਨਾਂ ਸੰਗਮਰਮਰ ਨੂੰ ਦੁੱਧ ਦੇ ਵਿੱਚ ਨਵਾ ਧੋ ਕੇ ਪੂਰਾ ਚਮਕਾ ਚਮਕਾ ਕੇ ਰੱਖ ਰਹੇ ਹਾਂ, ਕੀ ਫਾਇਦਾ ਇਹਨਾਂ ਦਾ? ਜੇ ਉਹੀ ਦੁੱਧ ਅਸੀਂ ਰੋਜ਼ ਬੱਚਿਆਂ ਨੂੰ ਪਵਾ ਦਈਏ, ਹਜੇ ਤਾਂ ਅਸੀਂ ਇਨਸਾਨਾਂ ਦੀ ਗੱਲ ਕਰ ਰਹੇ ਹਾਂ, ਜਿਹੜੇ ਬੇਜ਼ੁਬਾਨ ਜਾਨਵਰ ਨੇ, ਉਹਨਾਂ ਨੂੰ ਤਾਂ ਆਹ ਨਹੀਂ ਪਤਾ ਕਿ ਕੱਲ੍ਹ ਸਾਨੂੰ ਰੋਟੀ ਕੌਣ ਪਾਏਗਾ, ਪਰਸੋਂ ਸਾਨੂੰ ਰੋਟੀ ਕੌਣ ਪਾਏਗਾ। ਸਾਨੂੰ ਤਾਂ ਫਿਰ ਵੀ ਪਤਾ ਕਿ ਸਾਡੇ ਮਾਂ ਪਿਓ ਸਾਡੇ ਸਿਰ 'ਤੇ ਬੈਠੇ ਨੇ, ਅੱਜ ਨਹੀਂ ਤਾਂ ਕੱਲ੍ਹ ਸਾਨੂੰ ਰੋਟੀ ਤਾਂ ਮਿਲੀ ਜਾਣੀ ਹੈ। ਉਹਨਾਂ ਬੇਜ਼ੁਬਾਨਾਂ ਨੂੰ ਕੀ ਪਤਾ? ਉਹਨਾਂ ਨੂੰ ਤਾਂ ਦਿਨ ਛੱਡੋ, ਰਾਤ ਦਾ ਵੀ ਨਹੀਂ ਪਤਾ ਆਪਣਾ। ਘੱਟੋ ਘੱਟ ਉਹ ਦੁੱਧ ਅਸੀਂ ਕੋਸ਼ਿਸ਼ ਕਰੀਏ ਕਿ ਆਪਣੇ ਘਰਾਂ ਦੇ ਬਾਹਰ ਇੱਕ ਦੁੱਧ ਦਾ ਕਟੋਰਾ ਲਾ ਕੇ ਰੱਖ ਦੇਈਏ। ਜਿਹੜਾ ਵੀ ਪੀਣ ਵਾਲਾ ਹੋਏਗਾ, ਉਹ ਤੁਹਾਨੂੰ ਦੁਆਵਾਂ ਹੀ ਬਖਸ਼ੇਗਾ। ਆ ਨਾ ਸਮਝੋ ਕਿ ਉਹ ਜੂਨ ਸਾਡੇ 'ਤੇ ਨਹੀਂ ਆਉਣੀ,
ਸਾਨੂੰ 84 ਲੱਖ ਜੂਨਾ ਭੁਗਤਣ ਤੋਂ ਬਾਅਦ ਇਹ ਮਨੁੱਖੀ ਜਨਮ ਮਿਲਿਆ ਹੈ। ਅੱਗੇ ਆਉਣ ਵਾਲਾ ਜਨਮ ਸਾਡਾ ਵੀ ਕੁੱਤੇ ਬਿੱਲੀਆਂ ਦਾ ਹੀ ਹੈ, ਅਸੀਂ ਵੀ ਉਹਨਾਂ ਦੇ ਵਿੱਚ ਹੀ ਪਟਕ ਰਹੇ ਹੋਵਾਂਗੇ।